ਕੀ ਹੋਇਆ ਜੀ? ਦੇਖੋ ਜੀ ਮੇਰਾ ਬ੍ਰਦਰ ਅੰਦਰ ਸੀਗਾ ਹਸਪੀਟਲ ਦੇ ਵਿੱਚ ਹਸਪੀਟਲ ਸਿਵਲ ਫਾਈਲ ਕਾ ਦੇ ਵਿੱਚ ਸਰੇ ਆਮ ਜੀ ਐਡਮਿਟ ਕਾਲ ਦਾ ਕਰਾਇਆ ਸਾ गैंगस्टर मुंडे आके उन्होंने मेरे छोटे ब्रदर नु कापिया ने वड्या साडी हाई तिकर सुनवाई उल्टा मेनू पुलिस ने लाठी चार्ज कीता फाइल का दे विच मेनू इंसाफ मिलना चाहिदा जी बंदे बंदे सीगे अनगिनती सी 15 20 जने सारे मुंह ढके सी जी मुंह ढके सी जी हां जी ਫਾਜ਼ਿਲਕਾ ਸਿਵਲ ਹਸਪਤਾਲ ਦੇ ਵਿੱਚ ਦਾਖਲ ਮਰੀਜ਼ ਤੇ ਕੁਝ ਲੋਕਾਂ ਵੱਲੋਂ ਕੀਤਾ ਗਿਆ ਹਮਲਾ ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਫਾਜ਼ਿਲਕਾ ਸਿਵਲ ਹਸਪਤਾਲ ਦੇ ਵਿੱਚ ਬੀਤੀ ਰਾਤ ਤੋਂ ਦਾਖਲ ਇੱਕ ਮਰੀਜ਼ ਤੇ ਕੁਝ ਲੋਕਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਹਮਲਾਵਰ ਹਥਿਆਰਾਂ ਦੇ ਨਾਲ ਲੈਸਨ ਜਿਨ੍ਹਾਂ ਵੱਲੋਂ ਮਰੀਜ਼ ਨੂੰ ਮੁੜ ਤੋਂ ਕਾਇਲ ਕਰ ਦਿੱਤਾ ਗਿਆ ਅਤੇ ਉਸ ਨੂੰ ਛੁਡਾਉਣ ਆਏ ਉਸ ਦੇ ਚਾਚੇ ਤੇ ਵੀ ਤਾਬੜਤੋੜ ਵਾਰ ਕੀਤੇ ਗਏ ਜਿਸ ਦੇ ਵਿੱਚ ਚਾਚਾ ਭਤੀਜਾ ਦੋਨੋਂ ਕਾਇਲ ਹੋ ਗਏ ਜਿਨ੍ਹਾਂ ਨੂੰ ਉਪਚਾਰ ਦੇ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਸੂਚਨਾ ਮਿਲਣ ਤੇ ਮੌਕੇ ਤੇ ਪੁਲਿਸ ਪਹੁੰਚੀ ਜਿਸ ਦੇ ਵੱਲੋਂ ਹਮਲਾਵਰ ਨੂੰ ਪਕੜਨ ਦਾ ਪ੍ਰਯਾਸ ਕੀਤਾ ਗਿਆ ਲੇਕਿਨ ਹਮਲਾਵਰ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਏ ਜਾਣਕਾਰੀ ਦਿੰਦੇ ਹੋਏ ਕਾਇਲ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਬੀਤੀ ਰਾਤ ਤੋਂ ਦਾਖਲ ਹੈ ਜਿਸ ਤੇ ਕੁਝ ਲੋਕਾਂ ਵੱਲੋਂ ਅੱਜ ਮੁੜ ਤੋਂ ਹਮਲਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਉਹ ਫਿਰ ਤੋਂ ਕਾਇਲ ਹੋ ਗਿਆ ਉਹਨਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਹਮਲਾਵਰਾਂ ਨੂੰ ਪਕੜਨ ਦੀ ਬਜਾਏ ਉਹਨਾਂ ਤੇ ਹੀ ਲਾਠੀ ਚਾਰਜ ਕੀਤਾ ਗਿਆ ਅਤੇ ਉਹਨਾਂ ਦੀ ਕੁੱਟਮਾਰ ਵੀ ਕੀਤੀ ਗਈ ਉਧਰ ਸਿਵਲ ਹਸਪਤਾਲ ਦੇ ਵਿੱਚ ਹੰਗਾਮੇ ਦੀ ਖਬਰ ਪਾ ਕੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਵੱਡੀ ਗਿਣਤੀ ਦੇ ਵਿੱਚ ਪੁਲਿਸ ਕਰਮਚਾਰੀ ਇੱਥੇ ਪਹੁੰਚੇ ਜਿਨ੍ਹਾਂ ਵੱਲੋਂ ਇੱਕ ਕਾਰ ਨੂੰ ਵੀ ਕਬਜ਼ੇ ਦੇ ਵਿੱਚ ਲਿੱਤਾ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਕੁਝ ਡੰਡੇ ਅਤੇ ਹੋਰ ਚੀਜ਼ਾਂ ਵੀ ਬਰਾਮਦ ਹੋਈਆਂ ਦੱਸੀਆਂ ਜਾ ਰਹੀਆਂ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕੀ ਹੋਇਆ ਜੀ ਦੇਖੋ ਜੀ ਮੇਰਾ ਬ੍ਰਦਰ ਅੰਦਰ ਸੀਗਾ ਹਸਪੀਟਲ ਸਿਵਲ ਫਾਈਲ ਕਾ ਦੇ ਵਿੱਚ ਅਸੀਂ ਐਡਮਿਟ ਕਾਲ ਦਾ ਕਰਾਇਆ ਸਾਡੀ ਕੋਈ ਪੁਲਿਸ ਨੇ ਗੱਲ ਨਹੀਂ ਸੁਣੀ ਗਈ ਅਸੀਂ ਬੜੇ ਤਰਲੇ ਮਾਰੇ ਪਰ ਨਹੀਂ ਸਾਡੀ ਸੁਣਵਾਈ ਹੋਈ ਇੱਥੇ ਗੈਂਗਸਟਰ ਮੁੰਡੇ ਆ ਕੇ ਉਹਨਾਂ ਨੇ ਮੇਰੇ ਛੋਟੇ ਬ੍ਰਦਰ ਨੂੰ ਕਾਪਿਆ ਨਾ ਵੱਢਿਆ ਸਾਡੀ ਹਾਈ ਤਿੱਕਰ ਸੁਣਵਾਈ ਉਲਟਾ ਮੈਨੂੰ ਪੁਲਿਸ ਨੇ ਲਾਠੀ ਚਾਰਜ ਕੀਤਾ ਫਾਈਲ ਕਾ ਦੇ ਵਿੱਚ ਕਿੱਥੋਂ ਰਹਿਣ ਵਾਲੇ ਤੁਸੀਂ ਹਾਂਜੀ ਕਿੱਥੋਂ ਰਹਿਣ ਵਾਲੇ ਹੋ ਪਿੰਡ ਚੱਕ ਪੱਖੀ ਦਾ ਮੁੰਡਾ ਜਿਸ ਦਾ ਸਾਡਾ ਰੋਲਾ ਉਸ ਨੇ ਮੁੰਡੇ ਭੇਜ ਕੇ ਇੱਥੇ ਵੱਡਾ ਟੁੱਕੀ ਕਰਵਾਈ ਮੇਰੇ ਛੋਟੇ ਬ੍ਰਦਰ ਦੀ ਜੀ ਨਹੀਂ ਤੁਸੀਂ ਇੱਥੇ ਐਡਮਿਟ ਹੈ ਕਿ ਤੁਹਾਡਾ ਬ੍ਰਦਰ ਐਡਮਿਟ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਉਹ ਤਗੜੇ ਬੰਦੇ ਆ ਜੀ ਪ੍ਰੈਸ਼ਰ ਪਵਾ ਕੇ ਸਾਡਾ ਕੋਈ ਮੰਨ ਲਓ ਸਾਡਾ ਮਸਲਾ ਨਹੀਂ ਹੱਲ ਹੁੰਦੇ ਨੇ ਹੁਣ ਕੀ ਹੋਇਆ ਕਿ ਇੱਥੇ ਹੁਣ ਇੱਥੇ ਕੀ ਹੋਇਆ ਇੱਥੇ ਸਰ ਆਏ ਪੰਜਾਬ ਪੁਲਿਸ ਵਾਲੇ ਦੇਖੋ ਜੀ ਫੜਨਾ ਉਹਨਾਂ ਨੂੰ ਸੀ ਉਲਟਾ ਮੈਨੂੰ ਫੜ ਕੇ ਮੈਨੂੰ ਕੁੱਟਤਾ ਜੀ ਕਿਹਨੇ ਕੁੱਟਿਆ ਜੀ ਹਾਂਜੀ ਕਿਹਨੇ ਕੁੱਟਿਆ ਜੀ ਪਤਾ ਨਹੀਂ 70 ਦੀ ਆਈ ਸਾਰੇ ਸਿਟੀ ਦੇ ਸਾਰੇ ਮੁਲਾਜ਼ਮਾਂ ਨੇ ਮੈਨੂੰ ਕੁੱਟਾ ਜੀ ਉਲਟਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ ਹੁਣ ਵੀ ਮੇਰੇ ਕੋਲ ਖੜੇ ਮੈਂ ਉਧਰ ਨੂੰ ਜਾਣਾ ਮੇਰੇ ਦੇਖਿਆ ਜੀ ਮੇਰੇ ਵੱਲ ਆਹ ਦੇਖੋ ਪੁਲਿਸ ਦੀਆਂ ਗੱਡੀਆਂ ਖੜੀਆਂ ਨੇ ਜੀ ਆਹ ਦੇਖ ਲਓ ਆਹ ਕੋਈ ਗਰੀਬ ਬੰਦੇ ਦੀ ਸੁਣਵਾਈ ਨਹੀਂ ਹੁੰਦੀ ਕੋਈ ਸਾਰਾ ਕੋਈ ਤਕੜੇ ਬੰਦੇ ਦੀ ਸੁਣਵਾਈ ਹੁੰਦੀ ਆ ਦੇਖ ਲਓ ਜੀ ਕਿਹਾ ਤੁਹਾਡਾ ਜੀ ਜੋਰਾ ਸੀ ਕਿਹੜਾ ਪਿੰਡ ਹੈ ਜੀ ਚੱਕ ਪੱਟੀ ਕੀ ਮਸਲਾ ਹੋਇਆ ਜੀ ਇੱਥੇ ਜੀ ਸਾਡਾ ਰਾਂਦ ਰੋਲਾ ਸੀਗਾ ਜੀ ਥੋੜਾ ਬਹੁਤਾ ਪਹਿਲਾਂ ਤੋਂ ਉਹ ਮੁੰਡੇ ਆਏ ਆ ਅਸੀਂ ਘਰ ਰਾਤ ਦੇ ਐਡਮਿਟ ਹੋਏ ਇੱਥੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੋਈ ਸਾਡੇ ਬਿਆਨਬਾਜ਼ੀ ਨਹੀਂ ਹੋਈ ਪੁਲਿਸ ਨੇ ਕੋਈ ਕਿਸੇ ਤਰ੍ਹਾਂ ਦਾ ਐਕਸ਼ਨ ਲਿਆ ਹੀ ਨਹੀਂ ਉਹਨਾਂ ਦੇ ਰਾਤ ਸਾਹ ਨੂੰ ਵੀ ਕੁੱਟਿਆ ਉਹਨਾਂ ਨੇ ਇੱਥੇ ਦਾਖਲ ਹੋਏ ਹਾਂ ਜੀ ਰਾਜ ਸਿਵਲ ਫਾਜ਼ਿਲਕਾ ਹਸਪੀਟਲ ਦੇ ਵਿੱਚ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਨਹੀਂ ਕਿਹਦੇ ਸੱਟਾਂ ਮਾਰ ਕੇ ਗਏ ਨੇ ਅੱਜ ਲਾਪਤਾ ਦੇ ਅਤੇ ਸਾਡੇ ਚਾਚਾ ਜੀ ਗਏ ਨੇ ਉਹਨਾਂ ਦਾ ਨਾਮ ਬਲਵੀਰ ਸਿੰਘ ਜੀ ਉਹਨਾਂ ਦੇ ਕਾਫੀ ਸੱਟਾਂ ਮਾਰ ਕੇ ਗਏ ਉਹਨਾਂ ਕੋਲ ਕਾਪੇ ਕਡਾਸੇ ਸੀ 15 20 ਮੁੰਡੇ ਸੀਗੇ ਕਿੱਥੋਂ ਦੇ ਰਹਿਣ ਵਾਲੇ ਮੁੰਡੇ ਉਹ ਮੁੰਡੇ ਜੀ ਦੇਖੋ ਜੀ ਸਾਡੇ ਲੋਕਲ ਪਿੰਡ ਦੇ ਹੀ ਆ ਚੱਕ ਪੱਕੀ ਦੇ ਰਹਿਣ ਵਾਲੇ ਕੋਈ ਅਣਪਛਾਤੇ ਵਿੱਚ ਹੈਗੇ ਆ ਉਹਨਾਂ ਦੇ ਮੂੰਹ ਬੰਨੇ ਸੀਗੇ ਪੱਗਾਂ ਪੁੱਗਾਂ ਬੰਨੀਆਂ ਸੀ ਅਤੇ ਉਹਨਾਂ ਕੋਲ ਗੱਡੀ ਸੀਗੀ ਕਾਰ ਉਹ ਬਾਹਰ ਖੜੀ ਆ ਪੰਜਾਬ ਪੁਲਿਸ ਕੋਲ ਹੁਣ ਕਿੰਨੇ ਜਣੇ ਸੀ ਉਹ 20 ਜਣੇ ਸੀ ਉਹ ਕਿੰਨੀਆਂ ਗੱਡੀਆਂ ਪਏ ਸੀ ਗੱਡੀਆਂ ਤਾਂ 2-3 ਸੀ ਉਹਨਾਂ ਕੋਲ ਬਾਕੀ ਇੱਕ ਹੈ ਖੜੀ ਆ ਪੰਜਾਬ ਪੁਲਿਸ ਕੋਲ ਉਹ ਲੈ ਕੇ ਉਹ ਗੱਡੀ ਨੂੰ ਕੀ ਕਾਰਵਾਈ ਦੀ ਮੰਗ ਕਰ ਰਹੇ ਹੋ ਕਾਰਵਾਈ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਅਸੀਂ ਗਰੀਬ ਬੰਦੇ ਆ ਮਜ਼ਦੂਰਦਾਰ ਦਿਹਾੜੀਦਾਰ
ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਕੋਈ ਹਥਿਆਰ ਵੀ ਲੈ ਕੇ ਆਏ ਨੇ ਉਹ? ਹਾਂਜੀ, ਹਥਿਆਰ ਦਾ ਕਾਪੇ ਬਹੁਤ ਸੀ ਉਹਨਾਂ ਕੋਲ ਜੀ, ਗਡਾਸੇ ਸੀ, ਗਡਾਸੇ ਟੁੱਟੇ ਪਏ ਜੀ, ਤੇ ਬਹੁਤ ਕਾਪੇ ਵੀ ਪਏ ਆ ਇੱਥੇ, ਦੋ ਤਿੰਨ ਕਾਪੇ ਵੀ ਪਏ ਆ ਜੀ। ਕਿੰਦੇ ਕਿੰਦੇ ਸੱਟਾਂ ਵੱਜੀਆਂ ਨੇ ਜੀ? ਕਾਪ ਲਵਪ੍ਰੀਤ ਦੇ ਜੀ ਤੇ ਬਲਵੀਰ ਸਿੰਘ ਦੇ ਜੀ। ਕਿੱਥੇ ਕਿੱਥੇ ਵੱਜੀਆਂ ਸੱਟਾਂ ਜੀ? ਸਿਰ ਪਾੜ ਤੇ ਜੀ, ਮਗਰ ਕੰਡ ਵੀ ਤੋੜਤੀ ਜੀ, ਮਗਰੋਂ ਮਤਲਬ ਹੱਡੀਆਂ ਵੱਢੀਆਂ ਗਈਆਂ ਜੀ।